बैक नाज़रीन प्रोग्राम दा आगाज़ फिर उत्थे करांगे जिथों एक वारी टुटा सी। अच्छा यार एक गल है, हाँ जी, तो मैं जिहड़ी चीज़ तुहाडे सारे लोगों च देखी ना कि नाज़रीन तुसीं देख रहे हो कि ए ओ लोग ने ओ इस टाइम कह लो कबीना बैठी है जिहड़ी कि स्टेज दा स्टेज लगांदी है, स्टेज साउंड हो गया तुहानूं प्रोवाइड करदे ने, तुहानूं अच्छा स्टेज बना के दिंदे ने जिथे तुसीं अपने फंक्शन अरेंज करदे हो। अगर ए तुसीं कह लो कि स्टेज साउंड लगाउण वाली कम्यूनिटी जिहड़ी है दोस्तां दी ਉਹ ਅਗਰ ਇਸ ਹੱਦ ਤੱਕ ਬਰੀਕ ਹੈ, ਅਸੀਂ ਅਸੀਂ ਗੱਲ ਕਰ ਰਹੀ ਹੈ ਕਿ ਯਕੀਨਨ ਤੁਸੀਂ ਲੋਟ ਪੋਟ ਹੋ ਰਹੇ ਹੋਵੇ ਅਤੇ ਫੈਸਲਾਬਾਦ ਦੇ ਆਰਟਿਸਟਾਂ ਦਾ ਹਿਸਾਬ ਲਗਾ ਲਓ, ਯਕੀਨਨ ਆਪ ਫੈਸਲਾਬਾਦ ਦੇ ਆਰਟਿਸਟ ਜਿਹੜੇ ਫੇਮਸੀ ਜਿਹਨਾਂ ਲੋਕਾਂ ਦਾ ਇਹ ਕੰਮ ਆ ਉਹ ਕੀ ਲੋਕ ਹੋਣਗੇ ਇਸੇ ਵਜ੍ਹਾ ਤੋਂ ਪੂਰੀ ਦੁਨੀਆਂ ਦੇ ਉੱਤੇ ਅਗਰ ਕਿਸੇ ਬੰਦੇ ਨੂੰ ਕਿਸੇ ਮੁਲਕ ਦਾ ਪਤਾ ਨਾ ਹੋਵੇ ਫੈਸਲਾਬਾਦ ਦਾ, ਯਕੀਨਨ ਉਹਨੂੰ ਪਤਾ ਹੁੰਦਾ ਕਿ ਯਾਰ ਫੈਸਲਾਬਾਦ ਉਹ ਬੜੇ ਜ਼ਿੰਦਾ ਦਿਲ ਲੋਕ ਨੇ, ਹਸਾਉਂਦੇ ਨੇ। ਇੱਕ ਵਾਰੀ ਸਾਡੇ ਸੋਹਣੇ ਫੈਸਲਾਬਾਦ ਵਾਸਤੇ ਭਰਪੂਰ ਕਿਸਮ ਦੀ ਕਲੈਪ ਹੋਣੀ ਚਾਹੀਦੀ। ਭਾਈ ਸੁਪਰਮੈਨ ਸੀ ਤੇ ਪੇਟੀਆਂ ਦਾ ਕੰਮ ਕਰਦਾ, ਤੁਹਾਨੂੰ ਇੱਕ ਮਿੰਟ ਉੱਡ ਕੇ ਅਗਲੇ ਦੇ ਘਰ ਪੇਟੀ ਛੱਡ ਗਏ ਹੁੰਦੇ, ਤੁਹਾਨੂੰ ਪਤਾ ਕਿੱਡਾ ਅਜ਼ੀਮ ਇਨਸਾਨ ਕਿੱਡਾ ਭਾਈ ਇੱਕ ਵਾਰ ਮੋਟਰ ਵਿੱਚ ਖਲੋਤਾ, ਉਧਰੋਂ ਕਾਰ ਆਈ, ਉਹਨੂੰ ਹੱਥ ਦੇ ਕੇ ਕਹਿੰਦਾ ਸੀ ਐਨ ਜੀ ਆ, ਕਹਿੰਦਾ ਉਹ ਇਹਨੇ ਜੇਬ ਚੋਂ ਪਕਾਨਾ ਕੱਢਿਆ, ਕਹਿੰਦਾ ਇਹ ਚ ਭਰ ਦੇ, ਫਿਰ ਉਹ ਗੱਡੀ ਨੂੰ ਹੱਥ ਦੇ ਕਹਿੰਦਾ ਸੀ ਐਨ ਜੀ, ਕਹਿੰਦਾ ਉਹ ਕਹਿੰਦਾ ਲੈਟਰ ਭਰ ਦੇ। ਇਹਦੇ ਪਿਓ ਨੇ ਕਿਹਾ ਮੇਰਾ ਪਿੰਡਾ ਖੁਰਕ ਦੇ, ਕਹਿੰਦਾ ਆਪਾਂ ਜਿੱਡਾ ਤੇਰਾ ਪਿੰਡ ਹੈ ਤੂੰ ਡਰਾ ਲਾਂਗਾ। ਇਹਦਾ ਪਿਓ ਇਹਦੇ ਪਿੰਡੇ ਵਾਲਾ, ਨਹੀਂ ਨਹੀਂ ਆਪਸ ਪਿੰਡੇ ਉਹ ਪਿੰਡੀ ਆ ਯਾਰ, ਉਹ ਉਸੇ ਪਿੰਡ ਦੀ ਗੱਲ ਨੀ ਕਰਨ ਦੇ, ਉਹ ਗਾਣਾ ਨੀ ਵੀ ਇੱਕ ਕੁੜੀ ਮੇਰੇ ਪਿੰਡੇ ਦੀ, ਅੱਛਾ ਉਹ ਪਿੰਡ ਦੀ ਹੈ, ਨਹੀਂ ਵਾਕਈ ਉਹ ਪਿੰਡਾ ਵੀ ਪਿੰਡ ਜਿਹੜਾ ਹੀ ਆ ਉਹਨਾਂ ਦਾ ਯਾਰ। ਰਾਵਾ ਕੀ ਯਾਰ ਹੁਣ ਪਿੰਡੇ ਦੀ ਵੀ ਤੇਰੀ ਗੱਲ ਆ ਗਈ, ਪਿੰਡਾ ਵੀ ਕਹਿੰਦੇ ਬਹੁਤ ਅਜੀਬ ਤੇ ਜਿਹਾ ਤੇਰਾ, ਬੜੀ 1969 ਵਾਲੀ ਮਾਈ ਵਰਗਾ ਪਿੰਡਾ ਤੇਰਾ, ਭੈਣ ਕਸੂਰ ਇਹਦਾ ਨੀਗਾ, ਇਹਦਾ ਕੱਦ ਵੀ ਛੋਟਾ, ਇਹਦਾ ਮੂੰਹ ਵੀ ਛੋਟਾ, ਬਸ ਪੁੱਤਰ ਇੱਥੇ ਖਲੋਈ ਮੈਂ ਆਇਆ, ਉਹ ਆਇਆ ਨੀ ਉੱਥੇ ਖਲੋਤਾ, ਸਹੀ ਕਹਿ ਰਹੇ ਭਾਈ, ਦੇਖ ਲੋ ਵੱਡੀ ਕਲੇਜੀ ਪਾ ਕੇ ਸ਼ੋ ਜਾ ਗਏ ਨੇ। ਜੁੱਤੀ ਚ ਰੌਲਾ, ਇਹਨੇ ਜੁੱਤੀ ਪਤਾ ਨੀ ਕਿਸ਼ਤੀ ਦੇ ਚੱਪੂ ਦੀ ਬਣਾਈ, ਰੌਲਾ ਇਹ ਨੀ ਹੈਗਾ, ਉਹਨੂੰ ਜੁੱਤੀ ਸੈਂਡਵਿਚ ਲੱਗਣ ਡਈ। ਭੁੱਖ ਭੱਖ ਵੀ ਲੱਗੀ ਆ ਇਹਨਾਂ ਦੇ, ਵਾਕਈ ਇਹਨਾਂ ਦੇ ਵੈਰੀ ਜਹਾਜ਼ ਨੇ ਜੀ, ਆ ਚਾਰ ਪੰਜ ਫੱਟੇ ਥੱਲੇ ਸੁੱਤੇ ਪਏ, ਮਸ਼ਕ ਭਰ ਕੇ ਲਿਆਉਂਦੇ ਪਾਣੀ, ਇਹਦੀ ਭੁੱਖ ਦੇ ਦੁੱਖੋ ਤੇ ਉਹ ਜਹਾਜ਼ ਬਣ ਗਏ ਵਿਚਾਰੇ। ਅੱਛਾ ਤੇਰੇ ਭਾਣਜੇ ਦਾ ਜਵਾਬ ਨਹੀਂ, ਇਹ ਸੌਣ ਲੱਗਾ ਵੀ ਜੁੱਤੀ ਨੀ ਲਾਉਂਦਾ, ਇਹ 7.5 ਲੱਖ ਰੁਪਏ ਦੀ ਜੁੱਤੀ। ਅੱਛਾ ਜੀ, ਹਾਂਜੀ, ਉਹ ਕਿਦਾਂ, ਇਹ 30 ਰੁਪਏ ਦੀ ਜੁੱਤੀ ਲਈ ਆ, 7.5 ਲੱਖ ਰੁਪਏ ਘਟਾ ਘਟਾ ਕੇ ਹੋ ਗਏ। ਕਿਉਂ ਬਕਵਾਸ ਕਰ ਰਹੇ ਯਾਰ, ਪਲਾਸਟਿਕ ਦੀ ਜੁੱਤੀ ਕਿਉਂ ਲਗਾਉਂਦਾ, ਨਹੀਂ ਪਲਾਸਟਿਕ ਦੀ ਥੱਲੋਂ ਦੇਖਦੇ ਸਹੀ ਭਾਈ, ਤੁਸੀਂ ਪੈਰ ਫਾਇਦਾ ਸਰਦੀਆਂ ਨੂੰ ਆ, ਇਹਦੇ ਚ ਸੌਂ ਵੀ ਜਾਂਦਾ। ਅੱਛਾ ਪੈਰਾਂ ਨਾਲ ਬਹੁਤ ਹੀ ਖੁਸ਼ਕੀ ਜੁੱਤੀ ਤੇ ਹੋਈ ਹੈ ਯਾਰ, ਹਾਂਜੀ ਪਛਾਣ ਲਓ, ਉਹ ਜੁੱਤੀ ਹੈ ਜਿਹੜੀ ਕਹਿੰਦੇ ਨਾ ਬੰਦਾ ਤਰੱਕੀ ਦੀ ਪੌੜੀ ਚੜ ਜਾਂਦਾ, ਆਹ ਪਾ ਕੇ ਚੜੀ ਦੀ, ਅੱਜ ਮੇਰਾ ਭਾਣਜਾ ਥੱਲੇ ਆਉਣ ਡਿਆ, ਇਹ ਬਲਕੇ ਭਾਈ ਇਹ ਉਹ ਜੁੱਤੀ ਹੈ ਜਿਹੜਾ ਕਹਿੰਦੇ ਨੀ ਉਹ ਤਿਰ ਤੇ ਜੁੱਤੀ। ਅੱਛਾ ਵੈਸੇ ਆਪਸ ਦੀ ਗੱਲ ਆ, ਪਛਾਣੋ ਇਹ ਉਹੀ ਜੁੱਤੀ ਹੈ, ਤੂੰ ਪਤਾ ਇਹ ਉਹ ਜੁੱਤੀ ਹੈ ਜਿਹੜੀ ਸਿਆਣਾ ਬੰਦੇ ਕਹਿੰਦੇ ਜੁੱਤੀਆਂ ਪੈਣੀਆਂ, ਇਹ ਭਲਾ ਕਿਹੜੀ ਜੁੱਤੀ ਹੈ, ਕਦੀ ਨਾਰਕਲੀ ਗਏ, ਹਾਂ ਬੰਦਿਆਂ ਨੂੰ ਜੁੱਤੀਆਂ ਪੈਂਦੀਆਂ ਵੇਖੀਆਂ, ਇਹ ਉਹ ਜੁੱਤੀ ਹੈ, ਇਹ ਉਹ ਵੀ ਜੁੱਤੀ ਨਹੀਂ ਯਾਰ, ਮੈਂ ਕਿਹਾ ਯਾਰ ਜੁੱਤੀ ਇਹ ਉਹ ਜੁੱਤੀ ਹੈ ਜਿਹੜੀ ਇਹਦੇ ਕਈ ਵਾਰੀ ਪਈਆਂ ਯਾਰ, ਮੇਰੀ ਗੱਲ ਸੁਣ, ਇਹ ਉਹ ਵੀ ਜੁੱਤੀ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ ਐਵੇਂ ਨਾ ਤੁਸੀਂ ਚਵਲਾ ਮਾਰੇ ਜੋ ਯਾਰ, ਆ ਬੰਦਾ ਖੇਡਣ ਨਹੀਂ ਦਿੰਦਾ, ਬੈਂਟ ਬਾਅਦ ਨਹੀਂ ਕਹਿੰਦਾ ਯਾਰ ਜੁੱਤੀ ਮੁੱਤੀ ਦੇ ਦੇ, ਮੈਨੂੰ ਉਹ ਜੁੱਤੀ ਲੱਗਦੀ। ਮੈਂ ਕਿਹਾ ਕਿੰਨੇ ਦੀ ਲਈ, ਕਹਿੰਦਾ ਜੁੱਤੀ 150 ਦੀ ਲਈ ਹੈ,
ਇਹਨੂੰ ਕਹਿੰਦਾ ਲੋਸ਼ਨ ਲਾ ਲਾ ਕੇ 2000 ਦੀ ਹੋਵੇ ਬਲਕਿ ਇਹਦਾ ਪਾਂਜੇ ਪਾਂਜੇ ਕੀ ਰੌਲਾ ਕੀ ਨਹੀਂ ਕਰਦਾ ਹਾਂਜੀ ਨਾਲ ਵਾਲੀ ਕਲਫ ਲਾਉਂਦਾ ਇਹ ਕਲਫ ਲਾਉਂਦਾ ਕੈਂਜੀ ਫੜਦਾ ਜਿਵੇਂ 100 ਦੀ ਵੇਲ ਇਹ ਕਲਫ ਲਾਉਂਦਾ ਜੁੱਤੀ ਨੂੰ ਨਹੀਂ ਇਹ ਜੁੱਤੀ ਨੂੰ ਕਲਫ ਲਾਉਂਦਾ ਅੱਛਾ ਮੈਂ ਕਿ ਇਦਾਂ ਹੀ ਫੜ ਯਾਰ ਕਲਫ ਉਹੀ ਤੇ ਨਹੀਂ ਕਿਤੇ ਉਹ ਡਰਮ ਵੀ ਲੱਗਦਾ ਹੁੰਦਾ ਸੀ ਕਲਫ ਲੈ ਲਾ ਕਲਫ ਲੈ ਲਾ ਭਾਈ ਇਹਦਾ ਸਾਹ ਨਾ ਘੁੱਟਦੀ ਥੋੜੀ ਥੋੜੀ ਲਾ रोटी ज्यादा पसंद है दाल पता लगा दाल अगर जो पतली हो चूर के खा ली दाल तो जिडा तेरा मुंह दाल सुरमा पा के छाबी हाथ पाए बांह खली पै गई इना कमजोर इना कमजोर है लछेरे तो थले आ गए भी रिश्ते जान कड़ना भी किलो घ्यो दे क्या घ्यो देने क्या खा तेन जान कड़ना एडा कमजोर है कीड़ी तो डेके लत तुड़वा ली जंप दा बला क्यों गए रोटी बहुती खा बैठा जी हजम करनी क्या बात है रोटिया मेले ते गया इनी रोटी जबी जे पारी भी लक नू खली पवा ले हेलो भाई ना मैं थोड़ी इज्जत करदा ओए कल कल ना वे रोटी कली मेरी रोटी हो जे यार एक मिनट हट यार बाकी साबूदाना खांदे साबूदाना कौन खांदा साबूदाना इसलिए खांदा अच्छा साबू का दाना वही तो नहीं कितने और कहने यार चलो साबू साबू दाबू वाले जड़े ऊपर एक मिनट काका जी साबू दाना खांदे मेरा भाणजा महल्ले दे न्याणे खांदा अच्छा मेरा साबू होना बल्कि धक्के खांदा ਇਹ ਸਾਬੂ ਮੈਨੂੰ ਲੱਗਦਾ ਹੋਣਾ ਉਹ ਕਹਿੰਦੇ ਯਾਰ ਦਵਾਈਓ ਆਇਆ ਤੇ ਹੁਣ ਸਾਬੂ ਬਣ ਕੇ ਫਿਰਦਾ ਭਾਈ ਉਹ ਭਾਈ ਬਾਬੂ ਭਾਈ ਅੱਛਾ ਮੈਂ ਧੱਕੇ ਖਾਣਾ ਆ ਮੁੱਕੇ ਖਾਣਾ ਉਹ ਭਾਈ ਕੋਈ ਚੱਜ ਦੀ ਗੱਲ ਕਰ ਲੋ ਬੜਾ ਖਾਲੀ ਗੱਲੇ ਰਗਾ ਭਾਈ ਤੁਸੀਂ ਬੋਲ ਲੋ ਭਾਈ ਬੜਾ ਚੱਲਦੇ ਪੱਖੇ 'ਚ ਬਾਂਦਰ ਦਿੱਤਾ ਹੁੰਦਾ ਤੁਸੀਂ ਬੋਲ ਲੋ ਤੁਹਾਡੀ ਗੱਲ ਹੋ ਰਹੀ ਜੀ ਨਹੀਂ ਉਹ ਬੰਦ ਪੱਖੇ 'ਚ ਆਉਂਦਾ थोड़ी ईटा बनवा के लिया अच्छा पठा मैं पता लगे पठा किनू कहते बड़ा हाल रगा मूह अलमारी च बुक रखी होंगी यार तू गल करी जा की रौला तेनू यार बड़ा खाली स्टोपर का मुंह गल सुन रहे मैं एक मिनट ओवन च जुत्ती पई है जुत्ती भी आल ही पई है तेरे सिर च पई है भाई तुसी कटेंगे बैकरी तू कराइए बड़ी सही डबिया तो याद आया
ਅੱਛਾ ਯਾਰ ਮੈਨੂੰ ਯਾਦ ਹੈ ਮੈਂ ਨਾ ਰਾਤ ਨੂੰ ਸੀਟੀ ਮਾਰਦਾ ਸੁਪਰਮੈਨ ਤੇ ਘੜੀਆਂ ਵੇਚਦਾ ਸੁਪਰ ਸੁਪਰਮੈਨ ਤੇ ਦੁੱਧ ਪੈਦਲ ਲੈਣ ਜਾਂਦਾ ਸੁਪਰਮੈਨ ਤੇ ਚਿੰਚੀ ਤੇ ਜਾਂਦਾ ਕੰਮ ਤੇ ਸੁਪਰਮੈਨ ਤੇ ਭੱਲੇ ਵੇਚਦਾ ਸੁਪਰਮੈਨ ਤੇ ਪੀਪਾ ਖੜਕਾਉਂਦਾ सुपरमैन तो छोटा भाई मोटरसाइकिल नहीं दिला सुपरमैन तो डंडे का गुड्डी फड़ दे सुपरमैन ताश नहीं खेल सकता सुपरमैन ते 180 दिन इना थोड़ा पानी मैं डुब के मरना है वैसे भी मर जाना जोगी को चंडा खा लिया ने जोगी सुता पे आता सप कट के ना डब्बिया च रंग पाया एक मिनट तुम पता कि अजीम इंसान मूह से लोटा चढ़ा के कहना मेनू हाथी कहो अच्छी गल सही गल भाई बड़ा अजीम बंदा मूह ना वी ना ऑपरेशन थिएटर च लैट लगी इधर ही पत्थरी कर दे मुंडी ना खड़का सोने मेरा नौकर लगा तेन अच्छा जूस पे आंदे अच्छा मेरी मुंडी का पता लग गया यार मतलब ऐसा बूटे हाड़ बल कई भी फड़े जाए प्लीज जवाब दो सीरियस ना करो थोड़ी गल सीरियस नहीं रह जाता पाकिस्तानी स्माइल तारे कौन सी चीज है जिसके दांत नहीं अड़के कहते मेरी दादी जवाना हां मुल्ताना ਇਹਨੇ ਵੀ ਤਰਾਨਾ ਬਣਾਇਆ ਸੀ ਮੇਰਾ ਮੁਲਤਾਨ ਪਾਕਿਸਤਾਨ ਯਾਰ ਮੇਰੀ ਗੱਲ ਸੁਣੋ ਮੈਂ ਹੁਣ ਇੱਕ ਇੱਕ ਲਾਈਨ ਦਾ ਟੋਟਾ ਟੋਟਾ ਤੁਹਾਡੇ ਕੋਲ ਸੁਣਨਾ ਹੈ ਸ਼ੇਰ ਠੀਕ ਆ ਜਿੱਦਾਂ ਦਾ ਹੁੰਦਾ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਤੁਹਾਡੇ ਤੋਂ ਸ਼ੁਰੂ ਕਰਾਂ ਫਾਈਨ ਇੱਕ ਇੱਕ ਲਾਈਨ ਹਾਂ ਫਿਰ ਉੱਥੇ ਸਟੇਸ਼ਨ ਤੇ ਚਲੀਏ जवाब होना अगो को भी होना शेर कोई नहीं होना क्योंकि तुम लागे कुत्ते कुत्ते राखी सूर भाया थोड़ा जा दूर भाया जो सीधी भी कर दो तभी इतने बहना
यार मेरी गल सुन चार दीवारी नु गेट लगा ते आप अंदर जाके बुआ हरगा के ना कहना भाई मेरा उत्ते गुड्डा आया गुड्डा सी दो थले रख के उनु सुरमा पाउन लाग मैं चीला पा ली मैं कहना नाल तलाम भी पा ली मैं कहना डोर दा पिन्ना बन के चढ़ाई लो पिने अर्गी दे ओदी शकल इधर भी बड़ी गुंजल अर्गी जितने दिल कर दो रूह कर दी करो गल जिन्हें करनी यार तो माइक दियो रोजिया च घुट खा ली उधरों डाल आने शिकंजमी लाई हुई बेचन नहीं दे सड़क लगे डाले आले नू जाके पुछण लग गया कहना भाई इत ले 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 जाने सरगोल डाले आला कहता भाई नहीं अगे घोड़े बहुत तू हो रहा तू बाल बेचन डर जा तेन वेला कराने गंदी गली दा जंप मेरी गल सुनो कुछ मखसूस लफज ने अंदर बुलाओ नाजीन खासियत होने सलाके की सलाके हाथ भी बड़े सुरीले ने ठीक है ढोलक है जी कोई ढोलक है यार अपने को जी ढोलक हल्के जान वाला जना कलोनी टाइप हो गया कोई कलोनी वाला एरिया हो गया उधर जाके एक छोटी गल कर दी ना कि यार आपको किसी को गाना आता है तो कोई नहीं बोलता यार गाना है कैसी गल शुरू कर ली सईदाबाद इलाके की कह लो भी ये भी शान है माशाल्लाह सारे आर्टिस्ट ने देखो मैं ढोलक ना पूछा कि कोई बंदा बजा लेता तो ऐदा हाथ चुके जिम्मे मैं चौंक कह लगा कि रैत नहीं गया कोई ऐदा कट्ठे हो भी सारे ही आर्टिस्ट ने और तुम्हें दिखावे कि इतने की क्वालिटी है कि इतने के बजाने वाले और गाने वाले सारे जड़े बड़े सुरील ने हाँ जी भाई की हाल थोड़ा तुम लाना है ठीक है दिल दे तार केंदे बार बार दिल दे तार
Lash pe kabir to dar saloon bara laura.